ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਪਿੰਡ ਮੁਗਲ ਚੱਕ ਵਿਖੇ ਦੇਰ ਰਾਤ ਕਿਸਾਨਾਂ ਵੱਲੋਂ ਕਣਕ ਦੀ ਨਾੜ ਨੂੰ ਅੱਗ ਲਗਾਈ ਗਈ। ਅੱਗ ਲੱਗਣ ਦੇ ਨਾਲ ਇੱਕ ਕਿਸਾਨ ਦਾ ਘਰ ਸੜ ਕੇ ਸਵਾਹ ਕਰ ਦਿੱਤਾ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਘਰ ਦੇ ਮਾਲਕ ਪੀੜਿਤ ਵਿਅਕਤੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਗਵਾਂਢ ਦੇ ਵਿੱਚ 2-3 ਕਿੱਲੇ ਹਟ ਕੇ ਕਿਸੇ ਵੱਲੋਂ ਕਣਕ ਦੀ ਨਾੜ ਨੂੰ ਅੱਗ ਲਗਾ ਦਿੱਤੀ ਗਈ ਸੀ। ਹਵਾ ਤੇਜ਼ ਹੋਣ ਦੇ ਨਾਲ ਇਹ ਅੱਗ ਸਾਡੇ ਘਰ ਤੱਕ ਆ ਪਹੁੰਚੀ, ਜਿਸ ਕਾਰਨ ਪਸ਼ੂਆਂ ਦੇ ਚਾਰੇ ਲਈ ਬਣਾਈ ਗਈ 10-15 ਟਰਾਲੀਆਂ, ਤੂੜੀ ਅਤੇ ਨਾਲ ਲੱਗਦੇ ਕਮਰੇ ਦੇ ਵਿੱਚ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕੀ ਹੈ। ਉਹਨਾਂ ਇਹ ਵੀ ਦੱਸਿਆ ਹੈ ਕਿ ਉਹਨਾਂ ਵੱਲੋਂ ਅੱਗ ਨੂੰ ਬੜੀ ਹੀ ਮੁਸ਼ਕਿਲ ਦੇ ਨਾਲ ਕਾਬੂ ਕੀਤਾ ਗਿਆ। ਪੀੜਿਤ ਵਿਅਕਤੀ ਨੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਣਕ ਦੀ ਨਾੜ ਨੂੰ ਅੱਗ ਲਗਾਉਣ ਵਾਲੇ ਵਿਅਕਤੀ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਵੀ ਕੀਤੀ ਜਾਵੇ। ਹਾਂਜੀ ਭਾਜੀ, ਕੀ ਨਾਮ ਹੈ? ਮੇਰਾ ਨਾਮ ਜੀ ਸੁਖਵੰਤ ਸਿੰਘ ਆ। ਇਹ ਆਪਣਾ ਹੀ ਜਿਹੜਾ ਘਰ ਜਿੱਥੇ? ਹਾਂਜੀ ਆਪਣਾ ਘਰ ਹੈ ਜੀ, ਮੇਰਾ ਹੀ ਪਰਿਵਾਰ ਆ। ਕੀ ਗੱਲ ਹੋਈ? ਤੇ ਅੱਗ ਆ ਗਈ ਇੱਥੋਂ, ਆਪਣੇ ਲਾਗੋਂ ਹੀ ਗਵਾਂਢੋਂ ਆਈ ਹੈ 2-3 ਕਿੱਲਿਆਂ ਤੋਂ ਹੀ, ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰਾ ਜੀ, ਅਚਨਚ ਮਾਹ ਹੀ ਬਚਿਆ। ਕਿੰਨੇ ਕੁ ਵਜੇ ਅੱਗ ਰਾਤ ਲਾਈ? ਇਹਦੀ 10 ਵਜੇ ਦਾ ਟਾਈਮ ਸੀ, ਰਾਤ ਨੂੰ ਪਤਾ ਲੱਗ ਗਿਆ, ਮੁੜ ਕੇ ਬੜਾ ਕੁੱਖ ਕੋਸ਼ਿਸ਼ ਕੀਤੀ, ਅੱਗ ਛੇਤੀ ਕੰਟਰੋਲ ਨਹੀਂ ਹੋ ਸਕਿਆ, ਤੇ ਆਪਦਾ ਜੀ ਅਚਨਚ ਡੰਗਰ ਆਪਦੇ ਬਾਹਰ ਕੱਢੇ, ਤੇ ਕੁਛ ਸਮਾਨ ਦੀ ਭਾਰੀ ਟੁੱਟ ਬਹੁਤ ਜ਼ਿਆਦਾ ਹੋ ਗਈ ਆ। ਤਾਂ ਅਸੀਂ ਇਹ ਆਉਂਦੇ ਵੀ ਜਿਹੜੇ ਭੈਣ ਭਰਾ ਤੋਂ ਲੱਗ ਗਈ ਹੈ ਜਾਂ ਭੈਣ ਭਰਾ ਤੋਂ ਕਿਸੇ ਤੋਂ ਗਲਤੀ ਹੋ ਗਈ ਆ, ਸਾਡੇ ਨਾਲ ਬਹਿ ਕੇ ਕੋਈ ਨਿਆਂ ਕਰ ਲਵੇ ਜਾਂ ਸਾਡਾ ਕੋਈ ਹਰਫਾ ਕਰ ਲਵੇ, ਠੀਕ ਹੈ? ਨਹੀਂ ਤਾਂ ਫਿਰ ਜੋ ਵੀ ਹੋਊਗੀ ਕਾਰਵਾਈ ਫਿਰ ਉਹ ਕੀਤੀ ਜਾਊ। ਜੇ ਉਹ ਤੁਹਾਡੇ ਨਾਲ ਨਹੀਂ ਬੈਠਦੇ? ਹਾਂਜੀ ਸਾਡੇ ਨਾਲ ਜੀ ਨਹੀਂ ਬੈਠਦੇ। ਹਾਂਜੀ ਵੀਰ ਜੀ, ਕੀ ਨਾਮ ਹੈ, ਕਿਹੜਾ ਪਿੰਡ ਹੈ ਤੇ ਕੀ ਘਟਨਾ ਹੈ ਜਿਹੜੀ ਅੱਗ ਬਹੁਤ ਭਿਆਨਕ ਲੱਗੀ? ਹਾਂਜੀ ਮੇਰਾ ਨਾਮ ਸਰਜੀਤ ਸਿੰਘ ਹੈ ਜੀ, ਪਿੰਡ ਸਾਡਾ ਮੁਗਲ ਚੱਕ ਹੈ ਜੀ, ਤੇ ਸਾਡੇ ਇਸ ਤਰ੍ਹਾਂ ਕਿਸੇ ਨੇ ਪੈਲੀ 'ਚ ਅੱਗ ਲਾਈ ਸੀ, ਤੇ ਉਹ ਨੇਰ ਆ ਗਿਆ 10 ਵਜੇ, ਉਹਨਾਂ ਲਾਈ ਅੱਗ 10:30 ਨੇਰ ਆ ਗਿਆ ਵਾ, ਰਾਤ ਨੂੰ ਅੱਗ ਲਾਈ? ਹਾਂਜੀ ਰਾਤ ਨੂੰ ਲਾਈ ਆ, ਤੇ ਉਹ ਮੁੜ ਕੇ ਆ ਕੇ ਕਮਰੇ ਦੇ ਤੂੜੀ ਦੇ ਕਮਰੇ ਨੂੰ ਹੀ ਉਹਨੂੰ ਪੈ ਗਏ, ਤੇ ਉਹ ਫਿਰ ਅੰਦਰ ਤੂੜੀ 14-15 ਟਰਾਲੀਆਂ ਉਹਨਾਂ ਨੂੰ ਅੱਗ ਲਾ ਕੇ, ਨਾਲ ਇੱਕ ਵਸੋਂ ਵਾਲਾ ਕਮਰਾ ਸੀ ਉਹਦੇ ਵਿੱਚ ਵੀ ਅੱਗ ਚਲੇ ਗਈ, ਉਹਦੇ ਵਿੱਚ ਛੋਟਾ ਬੱਚਾ ਸੀ ਸੁੱਤਾ ਸੀ ਉਹ ਟਾਈਮ ਤੇ ਸੌਂ ਗਏ, ਤੇ ਇੱਕ LCD ਅੰਦਰ ਧੂੰਏ ਨਾਲ ਹੀ ਉਹ ਪਟਾਕਾ ਮਾਰ ਗਈ। ਵੀ ਬਹੁਤ ਜ਼ਿਆਦਾ ਮੰਦਾ ਵਾਲ ਵੀ ਮਾਲ ਬਚਾਇਆ, ਤਗੜੇ ਹੋ ਗਏ ਵੀ ਖੋਲ ਖਾਲ ਕੇ ਜੀ ਦੇ ਜਿਹੜੇ ਉਹ ਖਿੱਚ ਧੂ ਕੇ ਬਾਹਰ ਖੜ ਕੇ ਬਚਾਏ, ਔਰ ਅੱਗ ਜਿਹੜੀ ਬਹੁਤ ਜ਼ਿਆਦਾ ਹੋ ਗਈ, ਲਾਗੇ ਭੈਣ ਭਰਾ ਆ ਗਏ, ਕੋਈ ਬੁਝਾਈ ਬੁਝਾਈ ਉਹ ਟਾਈਮ ਤੇ। ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚ ਕੀਤੀ ਜਾਂ ਕੋਈ ਪਾਣੀ ਵਾਲੀ ਗੱਡੀ ਵਗੈਰਾ ਤੁਸੀਂ ਏਅਰਪੋਰਟ ਜਿਹੜੀ ਵਗੇੜਿਆ ਉਹਨੂੰ? ਹਾਂਜੀ ਗੱਡੀ ਆਈ ਸੀ, ਕੋਈ 1.5-2 ਘੰਟਿਆਂ ਬਾਅਦ ਆਈ ਸੀ ਗੱਡੀ, ਫੋਨ ਕੀਤਾ ਉਹਨਾਂ ਨੂੰ, ਉਹ ਕੋਈ 10 ਮਿੰਟ ਲਾ ਕੇ ਆ ਕੇ ਤੇ ਮੁੜ ਕੇ ਚਲੇ ਗਏ, ਕਹਿੰਦੇ ਪਾਣੀ ਮੁੱਕ ਗਿਆ ਜੀ। ਹਾਂਜੀ ਤੇ ਉਹ ਕਹਿੰਦੇ ਪਾਣੀ ਮੁੱਕ ਗਿਆ ਇਹਦਾ, ਤੇ ਉਹ ਮੁੜ ਕੇ ਚਲੇ ਗਏ। ਉਹਨਾਂ ਨੇ ਥੋੜਾ ਕੁ ਟਾਈਮ ਲਾਇਆ, ਫਿਰ ਅਸੀਂ ਆਪ ਹੀ ਤੜਕੇ ਦੇ 4 ਵਜੇ ਤੱਕ ਲਾ ਲਓ ਵੀ ਪਾਣੀ ਘਰੇ ਮੋਟਰ ਚਲਾ ਕੇ ਜਨਰੇਟਰ ਲਾ ਕੇ ਤੇ ਪਾਣੀ ਪਾਉਂਦੇ ਰਹੇ। ਕੀ ਜੇਕਰ ਕੋਈ ਜਾਣ ਬੁੱਝ ਕੇ ਲਾਈ ਆ ਜਾਂ ਰਾਤ ਲਾਉਣ ਦਾ ਅਧਿਕਾਰ ਹੈਗਾ? ਇਹ ਰਾਤ ਕਿਉਂ ਅੱਗ ਲਾਈ ਇੰਨਾ ਟਾਈਮ? ਨਹੀਂ ਰਾਤ ਵੀਰ ਜੀ ਕੋਈ ਅਧਾਰ ਤੇ ਨਹੀਂ ਗਾ ਲਾਉਣ ਦਾ, ਪਰ ਰਾਤ ਨੂੰ ਚਾਹੀਦੀ ਨਹੀਂ, ਦਿਨੇ ਲਾਵੇ ਕੋਈ ਬੰਦਾ ਤੇ ਪਤਾ ਵੀ ਲੱਗ ਜਾਂਦਾ ਵੀ ਦਿਨੇ ਲੱਗੀ, ਕੋਈ ਕੰਟਰੋਲ ਚ ਕਰ ਲਈਦੀ ਆ। ਕਿੰਨਾ ਸਮਾਂ ਹੈ ਰਾਤ ਦਾ? ਰਾਤ ਦਾ 10 ਵਜੇ ਦਾ ਜੀ। ਤੁਹਾਨੂੰ ਪਤਾ ਨਹੀਂ ਲੱਗਾ? ਨਹੀਂ ਜੀ ਪਤਾ ਅੱਗ ਦਾ ਤੇ ਲੱਗ ਗਿਆ ਸੀ ਵੀ ਚਲੋ ਲੱਗੀ ਆ, ਤੇ ਪਰ ਇੰਨਾ ਨਹੀਂ ਸੀ ਪਤਾ ਵੀ ਨੇਰ ਆ ਜਾਣਾ, ਨੇਰ ਆਇਆ ਤੇ ਉਹਨੇ ਅੱਗ ਵੀ ਇੰਨਾ ਜ਼ਿਆਦਾ ਨੇਰ ਹੀ ਸਿੱਧੀ ਆ ਕੇ ਕਮਰਿਆਂ ਨੂੰ ਅੱਗ ਵੱਜੀ ਉੱਡ ਗਈ। ਬਾਕੀ ਕੋਈ ਜਾਨੀ ਮਾਲੀ ਨੁਕਸਾਨ? ਜਾਨੀ ਮਾਲੀ ਦਾ ਵੀ ਹੋ ਗਿਆ ਬਚਾ, ਤਰ੍ਹਾਂ ਉਹ ਤੇ ਨਹੀਂ ਕੋਈ ਹੋਇਆ, ਵੀ ਮਾਲ ਬਹੁਤ ਔਖਾ ਬਚਾਇਆ ਖੋਲ ਕੇ, ਧੂੰਆਂ ਬਹੁਤ ਜ਼ਿਆਦਾ ਸੀ, ਜੀਆਂ ਦੇ ਵੀ ਬਹੁਤ ਔਖਾ, ਛੋਟਾ ਬੱਚਾ ਸੀ ਉਹਦਾ ਚੇਤਾ ਭੁੱਲ ਗਿਆ, ਅੰਦਰੇ ਰਹਿ ਗਿਆ, ਪਰ ਬਾਅਦ ਚੋਂ ਕੱਢਿਆ ਉਹ ਬੱਚੇ। ਹਾਂਜੀ ਠੀਕ ਹੈ ਹੁਣ। ਕੀ ਮੰਗ ਕਰਦੇ?
ਮੰਗ ਇਹੋ ਕਰਦੇ ਆ ਵੀ ਸਾਡਾ ਕੋਈ ਹੈਲਪ ਕੀਤੀ ਜਾਵੇ, ਵੀ ਉਹਦੇ ਵੱਲੋਂ ਕੀਤੀ ਜਾਵੇ, ਜਿਵੇਂ ਅੱਗ ਲੱਗੀ ਆ ਵੀ ਸਾਨੂੰ ਤੇ ਪਤਾ ਹੀ ਹੁਣ ਬੰਦੇ ਜਿਹਨੇ ਲਾਈ ਆ, ਤੇ ਅਸੀਂ ਤੇ ਚਾਹੁੰਦੇ ਆ ਵੀ ਚਲੋ ਇਸ ਤਰ੍ਹਾਂ ਬੈਠ ਕੇ ਗੱਲ ਹੋ ਜਾਏ ਜਾਂ ਕਿਵੇਂ ਵੀ ਆ, ਸਾਡਾ ਜੋ ਹੋਇਆ ਵਾ ਭਰ ਦੇ ਬੰਦਾ ਵੀ ਕਮਰਾ ਹੀ ਇੱਕ। ਤੁਹਾਨੂੰ ਪਤਾ ਵੀ ਜਿਹਦੀ ਪੈਲੀ ਅੱਗ ਲੱਗੀ ਆ ਜੋ ਵੀ? ਹਾਂਜੀ ਉਹ ਪਤਾ ਹੀ ਆ ਜਿਹੜੀ ਪੈਲੀ ਤੋਂ ਅੱਗ ਸ਼ੁਰੂ ਹੋਈ ਆ, ਚਲੋ ਬੰਦੇ ਨੇ ਲਾਈ ਵੀ ਆ ਉਹਨੇ। ਜੇ ਤੁਸੀਂ ਉਹ ਤੁਹਾਡਾ ਕੋਲ ਬੈਠ ਕੇ ਗੱਲਬਾਤ ਨਹੀਂ ਕਰਦਾ ਤੇ ਉਸ ਤੋਂ ਬਾਅਦ ਫਿਰ ਅੱਡ ਅਸੀਂ ਸਟੈਪ ਚੁੱਕਾਂਗੇ ਕੋਈ ਅੱਗੇ, ਫਿਰ ਜਿਸ ਤਰ੍ਹਾਂ ਵੀ ਫਿਰ ਕਾਰਵਾਈ ਕਰਾਂਗੇ। ਤੇ ਹੋਰ ਕੀ ਤੁਸੀਂ ਪ੍ਰਸ਼ਾਸਨ ਵੱਲੋਂ ਕੋਈ ਇਹਨੂੰ ਇਹੋ ਆਨੇ ਵੀ ਆਨੀ ਹੈਲਪ ਕੀਤੀ ਜਾਵੇ ਕੋਈ ਨਾ ਕੋਈ, ਵੀ ਸਾਡੇ ਬਹੁਤ ਜ਼ਿਆਦਾ ਵੀ ਅਸੀਂ ਮਾਤੜ ਬੰਦੇ ਹਾਂ, ਵੀ ਜ਼ਿਆਦਾ ਕੰਮ ਕਮਰਾ ਸ਼ੈੱਡ ਸਾਰਾ ਕੁਝ ਵੀ ਖਰਾਬ ਹੋ ਗਿਆ ਵਾ, ਤੂੜੀ ਵੀ 14-15 ਟਰਾਲੀਆਂ ਸੜ ਗਈ ਆ। ਇੱਕ ਮੇਰਾ ਵੀਰ ਆਇਆ ਸੀ ਲਾਗੋਂ ਸਿਧਵਾਂ ਪਿੰਡ ਆ ਦਾਨੀ, ਉਹ 2 ਟਰਾਲੀਆਂ ਤੂੜੀ ਦੀਆਂ ਲਾ ਕੇ ਗਿਆ। ਅੱਛਾ ਤੂੜੀ ਬਿਲਕੁਲ ਹੀ ਡੈਡ ਖਤਮ ਹੋ ਗਈ? ਹਾਂਜੀ ਤੂੜੀ ਬਿਲਕੁਲ ਖਤਮ ਹੋ ਗਈ। ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਤੇ ਕੀ ਲੱਗਦੇ ਤੁਸੀਂ ਇਹਨਾਂ? ਮੇਰਾ ਨਾਮ ਜੀ ਅਰਨਜੀਤ ਸਿੰਘ ਕਾਲਾ ਹੈ, ਗਵਾਂਢੀ ਹੈ ਮੈਂ ਚਾਚਾ ਲੱਗਦਾ ਇਹਨਾਂ ਦਾ ਸਰਜੀਤ ਸਿੰਘ ਦਾ। ਤੇ ਅੱਗ ਲੱਗੀ ਇਸ ਤਰ੍ਹਾਂ 2-3 ਕਿੱਲੇ ਪਿਛਾਂ, ਤੇ ਉਹ ਮੁੜ ਕੇ ਇਹਨਾਂ ਨੂੰ ਪਿਛਵਾੜਾ ਕਰਦਾ ਪੈਂਦਾ, ਤੇ ਬਾਅਦ ਚ ਇਹਨਾਂ ਨੂੰ ਪਤਾ ਨੀ ਲੱਗਾ ਅੱਗ ਲੱਗੀ ਦਾ। ਅੱਗ ਉਹਦਾ ਪਤਾ ਉਦੋਂ ਲੱਗਾ ਜਦੋਂ ਲਾਟਾਂ ਹੀ ਨਿਕਲ ਗਈਆਂ, ਫਿਰ ਇਹਨਾਂ ਨੇ ਦੂਜਾ ਰੌਲਾ ਪਾਇਆ, ਅਸੀਂ ਵੀ ਉਧਰੋਂ ਭੱਜੇ ਆਏ, ਫਿਰ ਅੱਗ ਤੇ ਕਾਬੂ ਕੀਤਾ, ਤੇ ਫਿਰ ਥੋੜਾ ਬਹੁਤਾ ਸਮਾਨ ਸਮੂਨ ਜਿਹੜਾ ਸੀ ਉਹ ਸਾਰਾ ਇਹਨਾਂ ਦਾ ਖਰਾਬ ਖਰੂਬ ਹੋ ਚੁੱਕਾ, ਤੇ ਪਾਣੀ ਪੂਣੀ ਦੇ ਨਾਲ ਕੋਹ ਸੇਕ ਦੇ ਨਾਲ ਜੀ। ਜਿੰਨਾ ਦੇ ਵੀਰ ਦੱਸ ਰਿਹਾ ਵੀ ਜਦੋਂ ਅੱਗ ਲਾਈ ਜਿਨ੍ਹਾਂ ਨੇ ਨਾੜ ਨੂੰ, ਉਹਨਾਂ ਨਾਲ ਗੱਲਬਾਤ ਨੀ ਕੀਤੀ ਵੀ ਤੁਸੀਂ? ਨਹੀਂ ਜੀ ਗੱਲਬਾਤ ਵੇਖੋ ਜਿਹੜੇ 2-3 ਪੈਲੀਆਂ ਲੱਗਦੀਆਂ ਉਹਨਾਂ ਨਾਲ ਇਹਨਾਂ ਕੀਤੀ ਆ, ਅਜੇ ਕੋਈ ਨਿਆਣ ਨੀ ਦਿੰਦੇ ਇਹਨਾਂ ਨੂੰ, ਦੂਜਿਆਂ ਦਾ ਮੇਰਾ ਕੰਮ ਨੀ, ਤੀਜਿਆਂ ਦਾ ਮੇਰਾ ਕੰਮ ਨੀ, ਵੀ ਕੋਈ ਵੀ ਉਸ ਤਰ੍ਹਾਂ ਕੋਈ ਵੀ ਨੀ ਤੁਹਾਨੂੰ ਪਤਾ ਜੀ ਮੰਨਦਾ ਜਿੰਨਾ ਚਿਰ ਕੋਈ ਕਾਨੂੰਨੀ ਕਾਰਵਾਈ ਨਾ ਹੋਵੇ। ਇਹ ਤੇ ਆਂਦੇ ਚਲੋ ਬੈਠ ਕੇ ਗੱਲ ਕਰ ਲਈਏ, ਤੇ ਪਰ ਜਿਹਨੂੰ ਆਂਦੇ ਆ ਉਹ ਕੋਈ ਵੀ ਨੀ ਨੰਨਾ ਇਹ ਬੰਨੇ ਧਰਦਾ ਪਈ ਆਪਾਂ ਬੈਠ ਕੇ ਗੱਲ ਕਰ ਲਈਏ। ਕੀ ਤੁਸੀਂ ਮੰਗ ਕਰਦੇ? ਮੰਗ ਤੇ ਇਹੋ ਕਰਦੇ ਜੀ, ਅੱਗੇ ਵਿਚਾਰੇ ਕਰਜ਼ੇ ਥੱਲੇ ਆਏ ਆ, ਤੇ ਬੜਾ ਬੁਰਾ ਹਾਲ ਕਰਦਾ ਇਹਨਾਂ ਦਾ, ਤੇ ਮਾਲ ਡੰਗਰ ਬਿਮਾਰ ਬਜਿਆ ਇਹਨਾਂ ਦਾ, ਤੇ ਹੁਣ ਗਾਂ ਹੀ ਕੋਈ ਨਿਗਾ ਨਿਗਾ ਜੀ ਆ ਜਾਂ ਤੇ ਕੁਝ ਹਲਪ ਹੋ ਜਾਏ ਇਹਨਾਂ ਦੀ ਜੀ।